ਲੋ ਜੀ ਦੋਸਤੋ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਦੀਪਕ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸਾਡੇ ਲਈ ਬੈਂਕ ਅਕਾਊਂਟ ਕਿਉਂ ਜ਼ਰੂਰੀ ਹੈ ਤੇ ਬੈਂਕ ਅਕਾਊਂਟ ਹੋਣ ਦੇ 7 ਫਾਇਦੇ ਮੇਰੇ ਵੀਰੋ ਪਹਿਲਾਂ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਨੂੰ ਸਮਝਾ ਸਕਾਂ ਕਿ ਸਾਡੇ ਲਈ ਬੈਂਕ ਅਕਾਊਂਟ ਕਿਉਂ ਜ਼ਰੂਰੀ ਹੈ ਦੇਖੋ ਅਸੀਂ ਆਪਣੇ ਘਰਦਿਆਂ ਲਈ ਦਿਲੋਂ ਸਮਰਪਿਤ ਹੁੰਦੇ ਹਾਂ ਉਹਨਾਂ ਦਾ ਦੁੱਖ ਸੁੱਖ ਉਹਨਾਂ ਦੀ ਖੁਸ਼ੀ ਗਮ ਸਾਡੇ ਲਈ ਇੰਨੇ ਜ਼ਰੂਰੀ ਹੁੰਦੇ ਨੇ ਕਿ ਅਸੀਂ ਆਪਣੇ ਆਪ ਨੂੰ ਵੀ ਵੇਚਣ ਲਈ ਤਿਆਰ ਹੋ ਜਾਂਦੇ ਹਾਂ ਦੋਸਤੋ ਅਸੀਂ ਇਸ ਸਮਰਪਣ ਭਾਵਨਾ ਵਿੱਚ ਇੰਨੇ ਕਾ ਜ਼ਿਆਦਾ ਡੁੱਬ ਜਾਣੇ ਆ ਕਿ ਅਸੀਂ ਆਪਣੇ ਆਪ ਨੂੰ ਭੁੱਲ ਹੀ ਜਾਂਨੇ ਆ ਦੇਖੋ ਪਹਿਲੇ ਦੇ ਸਮੇਂ ਚ ਬਜ਼ੁਰਗ ਇੱਕ ਇੱਕ ਪੈਸਾ ਜੋੜਦੇ ਸੀ ਔਰ ਉਹ ਉਸ ਪੈਸੇ ਨੂੰ ਜੋੜ ਕੇ ਕੁਛ ਨਾ ਕੁਛ ਬਣਾ ਲੈਂਦੇ ਸੀ ਕਿਉਂਕਿ ਵੀਰੋ ਪਹਿਲਾਂ ਸਾਡੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਸੀਮਤ ਹੁੰਦੀਆਂ ਸੀ ਪਰ ਅੱਜ ਕੱਲ ਜੋ ਕਿ ਸਮਾਂ ਚੱਲ ਰਿਹਾ ਹੈ ਅਸੀਂ ਹਰ ਸਮੇਂ ਹਰ ਵਕਤ ਇਹੀ ਸੋਚਦੇ ਆ ਕਿ ਅਸੀਂ ਇਸ ਦੁਨੀਆ ਦੀ ਚਮਕ-ਦਮਕ ਦੇ ਨਾਲ ਕਿਸ ਤਰ੍ਹਾਂ ਆਪਣੇ ਆਪ ਨੂੰ ਮਲਾ ਸਕੀਏ ਸਾਡੇ ਵਿੱਚ ਈਰਖਾ ਭਾਵਨਾ ਇੰਨੀ ਹੋ ਗਈ ਹੈ ਕਿ ਅਸੀਂ ਐਨੇ ਜ਼ਿਆਦਾ ਵਿਅਸਤ ਹੋ ਜਾਂਦੇ ਆ ਪੈਸਾ ਖਰਚਣ ਦੇ ਵਿੱਚ ਕਿ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਪੁੱਤਰ ਧੀਆਂ ਇਹ ਪੈਸਾ ਕਿਵੇਂ ਕਮਾ ਰਹੇ ਨੇ ਇਸ ਵਿੱਚ ਦੋਸ਼ ਕਿਸੇ ਦਾ ਨਹੀਂ ਹੈ ਕਿਉਂਕਿ ਇਹ ਮਾਇਆ ਇੰਨੀ ਪ੍ਰਭਾਵਸ਼ਾਲੀ ਹੁੰਦੀ ਹੈ ਕਿ ਇਹ ਬੰਦੇ ਦੇ ਦਿਮਾਗ ਨੂੰ ਚੱਕਰਾਂ ਵਿੱਚ ਪਾ ਦਿੰਦੀ ਹੈ ਹੁਣ ਇੱਥੇ ਸਵਾਲ ਪੈਦਾ ਇਹ ਹੁੰਦਾ ਹੈ ਕਿ ਅਸੀਂ ਆਪਣੇ ਭਵਿੱਖ ਨੂੰ ਸੇਫ ਕਰੀਏ ਤਾਂ ਕਰੀਏ ਕਿਵੇਂ ਇੱਥੇ ਦੋਸਤੋ ਮੈਂ ਤੁਹਾਨੂੰ ਆਪਣੀ ਨਿੱਜੀ ਰਾਏ ਦੇਣਾ ਚਾਹਾਂਗਾ ਕਿ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਆਪਣੀ ਅਕਲ ਦਾ ਇਸਤੇਮਾਲ ਕਰਦੇ ਹੋਏ ਆਪਣੇ ਭਵਿੱਖ ਬਾਰੇ ਸੋਚੀਏ ਆਪਣਾ ਬੈਂਕ ਅਕਾਊਂਟ ਖੁਲ੍ਹਵਾਈਏ ਉਸ ਵਿੱਚ ਥੋੜੇ ਥੋੜੇ ਪੈਸੇ ਜਮ੍ਹਾਂ ਕਰਵਾਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਅਸੀਂ ਜਵਾਨੀ ਵਿੱਚ ਕਸ਼ਟ ਸਹੇ ਨੇ ਪੈਸਾ ਕਮਾਉਣ ਲਈ ਉਹ ਕਸ਼ਟਾਂ ਨੂੰ ਆਪਾਂ ਆਰਾਮ ਵਿੱਚ ਬਦਲ ਸਕੀਏ ਜਦੋਂ ਅਸੀਂ ਬਜ਼ੁਰਗ ਹੋ ਜਾਈਏ ਦੋਸਤੋ ਬੈਂਕ ਅਕਾਊਂਟ ਦੋ ਤਰ੍ਹਾਂ ਦੇ ਹੁੰਦੇ ਨੇ ਸੇਵਿੰਗਸ ਅਕਾਊਂਟ ਤੇ ਕਰੰਟ ਅਕਾਊਂਟ ਇੱਥੇ ਮੈਂ ਤੁਹਾਨੂੰ ਇਹ ਗੱਲ ਮੈਂਸ਼ਨ ਕਰਨਾ ਚਾਹੁੰਦਾ ਕਿ ਸਾਡੇ ਐਨਆਰਆਈ ਵੀਰ ਮੈਨੂੰ ਪਤਾ ਕਿ ਜ਼ਿਆਦਾਤਰ ਬੰਦੇ ਟੂਰਿਸਟ ਵੀਜ਼ਾ ਤੇ ਜਾਂਦੇ ਨੇ ਤੇ ਉਹਨਾਂ ਕੋਲ ਆਪਸ਼ਨ ਨਹੀਂ ਹੁੰਦੀ ਕਿ ਉਹ ਐਨ ਆਰ ਆਈ ਅਕਾਊਂਟ ਖੁਲਵਾ ਸਕਣ ਪਰ ਮੇਰੇ ਵੀਰੋ ਅਸੀਂ ਸੇਵਿੰਗਸ ਅਕਾਊਂਟ ਖੁਲਵਾ ਸਕਦੇ ਆ ਤੇ ਉਹ ਅਕਾਊਂਟ ਜਦੋਂ ਅਸੀਂ ਇੱਥੇ ਆ ਜਾਂਦੇ ਆ ਤੇ ਆਨਲਾਈਨ ਉਸ ਦੀ ਵਰਤੋਂ ਕਰ ਸਕਦੇ ਆ ਜਿਹੜੇ ਮੇਰੇ ਵੀਰ ਇੰਡੀਆ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਲਈ ਕਰੰਟ ਅਕਾਊਂਟ ਹੁੰਦਾ ਹੈ ਤੇ ਸੇਵਿੰਗਸ ਅਕਾਊਂਟ ਅਸੀਂ ਹਰ ਹਾਲ ਵਿੱਚ ਖੁਲਵਾ ਸਕਦੇ ਆ ਚਾਹੇ ਅਸੀਂ ਕੰਮ ਕਰੀਏ ਚਾਹੇ ਨਾ ਕਰੀਏ ਚਾਹੇ ਅਸੀਂ ਬਾਹਰ ਜਾਣਾ ਹੈ ਚਾਹੇ ਅਸੀਂ ਇੰਡੀਆ ਚ ਰਹਿਣਾ ਹੈ ਆਮ ਤੌਰ ਤੇ ਹਰ ਬੰਦੇ ਦਾ ਸੇਵਿੰਗਸ ਅਕਾਊਂਟ ਹੀ ਹੁੰਦਾ ਹੈ ਦੋਸਤੋ ਬੈਂਕ ਕਾ ਅਕਾਊਂਟ ਜਦੋਂ ਸਾਡਾ ਹੁੰਦਾ ਹੈ ਬੈਂਕਾ ਸਾਨੂੰ ਏਟੀਐਮ ਕਾਰਡ ਦਿੰਦੀਆਂ ਨੇ ਆਨਲਾਈਨ ਟ੍ਰਾਂਜੈਕਸ਼ਨ ਦਾ ਫਾਇਦਾ ਦਿੰਦੀਆਂ ਨੇ ਇਹ ATM ਕਾਰਡ ਅੱਜਕੱਲ ਵਰਲਡ ਕਲਾਸ ਬੈਂਕਾਂ ਦੇ ਲੈਵਲ ਦੇ ਹੁੰਦੇ ਨੇ ਜਦੋਂ ਅਸੀਂ ਇੰਡੀਆ ਵਿੱਚ ਅਕਾਊਂਟ ਖੁਲਵਾਨਨੇ ਆ ਸਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਚਾਹੇ ਅਸੀਂ ਇੰਡੀਆ ਤੋਂ ਹੋਰ ਕੰਟਰੀ ਵਿੱਚ ਜਾਈਏ ਆ ਜੇ ਆਪਣਾ ATM ਕਾਰਡ ਯੂਜ਼ ਕਰਦੇ ਆ ਚਾਰजेस ਜੋ ਹੁੰਦੇ ਨੇ ਉਹ ਰੀਜ਼ਨੇਬਲ ਹੁੰਦੇ ਨੇ ਕਿਉਂਕਿ ਦੋਸਤੋ ਮਨੀ ਕੈਰੀ ਕਰਨਾ ਅੱਜਕੱਲ ਬਹੁਤ ਰਿਸਕੀ ਹੋ ਗਿਆ ਹੈ ਔਰ ATM ਕਾਰਡ ਮਾਸਟਰ ਕਾਰਡ ਵਿਜ਼ਾ ਕਾਰਡ ਹਰ ਤਰ੍ਹਾਂ ਦੇ ਕਾਰਡ ਅੱਜਕੱਲ ਸਾਡੀਆਂ ਬੈਂਕਾਂ ਉਪਲਬਧ ਕਰਵਾਉਂਦੀਆਂ ਨੇ ਦੋਸਤੋ ਹੁਣ ਅਸੀਂ ਗੱਲ ਕਰਾਂਗੇ ਬੈਂਕ ਅਕਾਊਂਟਸ ਦੇ ਫਾਇਦੇ ਆਂਦੇ। ਦੋਸਤੋ ਸੇਵਿੰਗ ਅਕਾਊਂਟ ਜਦੋਂ ਸਾਡੇ ਕੋਲ ਹੁੰਦਾ ਹੈ ਸਭ ਤੋਂ ਪਹਿਲਾ ਫਾਇਦਾ ਤਾਂ ਸਾਨੂੰ ਇਹ ਹੁੰਦਾ ਹੈ ਕਿ ਸਾਨੂੰ ਇਸ ਵਿੱਚ ਟੈਕਸ ਬੈਨੀਫਿਟ ਮਿਲਦਾ ਹੈ। ਸਾਡੇ ਐਨ ਆਰ ਆਈ ਵੀਰਾਂ ਨੂੰ ਤਾਂ ਪਤਾ ਹੀ ਹੈ ਕਿ ਐਨ ਆਰ ਆਈ ਅਕਾਊਂਟ ਵਿੱਚ ਗਵਰਨਮੈਂਟ ਵੱਲੋਂ ਟੈਕਸ ਰਿਵੈਟ ਹੁੰਦੀ ਹੈ ਜੋ ਕਿ ਸਾਨੂੰ ਟੈਕਸ ਵਿੱਚ ਮਦਦ ਕਰਦੀ ਹੈ ਔਰ ਇਹ ਪੈਸਾ ਟੈਕਸ ਫ੍ਰੀ ਹੁੰਦਾ ਹੈ। ਦੂਸਰਾ ਫਾਇਦਾ ਸਾਨੂੰ ਇਹ ਹੈ ਕਿ ਅਸੀਂ ਇਸ ਵਿੱਚ FD ਜਾਂ RD ਖੁਲਵਾ ਸਕਦੇ ਆ ਅੱਜ ਕੱਲ ਹਰ ਚੀਜ਼ ਆਨਲਾਈਨ ਹੈ FD ਤੋਂ ਭਾਵ ਹੈ ਫਿਕਸਡ ਡਿਪੋਜ਼ਿਟ RD ਤੋਂ ਭਾਵ ਹੈ ਰਿਕਰਿੰਗ ਡਿਪੋਜ਼ਿਟ ਮੇਰੇ ਵੀਰੋ FD ਵਿੱਚ ਸਾਨੂੰ 5 ਤੋਂ 6% ਵਿਆਜ ਮਿਲ ਜਾਂਦਾ ਹੈ ਚਾਹੇ ਉਹ NRI ਅਕਾਊਂਟ ਹੋਵੇ ਚਾਹੇ ਉਹ ਸੇਵਿੰਗਸ ਅਕਾਊਂਟ ਹੋਵੇ ਤੇ ਇਸੇ ਤਰ੍ਹਾਂ RD ਵਿੱਚ ਵੀ ਸਾਨੂੰ ਇੱਕ ਟਰਮ ਦਿੱਤੀ ਜਾਂਦੀ ਹੈ ਕਿ ਅਸੀਂ 1 ਸਾਲ ਦੀ ਖੁਲਵਾਣੀ ਹੈ 2 ਸਾਲ ਦੀ ਖੁਲਵਾਣੀ ਹੈ ਤੇ ਉਸ ਦੇ ਅਨੁਸਾਰ ਸਾਨੂੰ ਵਿਆਜ ਦਰ ਮਿਲਦੀ ਹੈ ਤੀਸਰਾ ਫਾਇਦਾ ਦੋਸਤੋ ਇਹ ਸਾਡਾ ਪੈਸਾ ਲੀਗਲ ਹੁੰਦਾ ਹੈ ਜੇ ਅਸੀਂ ਬਾਹਰੋਂ ਦੇ ਇੰਡੀਆ ਪੈਸੇ ਭੇਜਦੇ ਆਂ ਤੇ ਉਹ ਗਵਰਨਮੈਂਟ ਦੀ ਨਜ਼ਰ ਵਿੱਚ ਹੁੰਦੇ ਨੇ ਵਾਈਟ ਮਨੀ ਹੁੰਦੀ ਹੈ ਪੈਸਾ ਸਾਡਾ ਸਾਰਾ ਲੀਗਲ ਹੁੰਦਾ ਹੈ ਇਸੇ ਤਰ੍ਹਾਂ ਜੇ ਅਸੀਂ ਸੇਵਿੰਗ ਅਕਾਊਂਟ ਵਿੱਚ ਥੋੜੇ ਥੋੜੇ ਪੈਸੇ ਜਮ੍ਹਾਂ ਕਰਵਾਣੇ ਆ ਉਹ ਸਾਡਾ ਲੀਗਲ ਹੁੰਦਾ ਹੈ ਵਾਈਟ ਮਨੀ ਹੁੰਦੀ ਹੈ ਔਰ ਇਸ ਦਾ ਫਾਇਦਾ ਸਾਨੂੰ ਅੱਗੇ ਜ਼ਮੀਨ ਜਾਇਦਾਦ ਪ੍ਰਾਪਰਟੀ ਲੈਂਡ ਵਿੱਚ ਹੁੰਦਾ ਹੈ ਵੀਰੋ ਚੌਥਾ ਫਾਇਦਾ ਸਾਨੂੰ ਇਹ ਹੈ ਕਿ ਅੱਜ ਕੱਲ ਹਰ ਚੀਜ਼ ਆਨਲਾਈਨ ਹੈ ਔਰ ਬੈਂਕ ਟੂ ਬੈਂਕ ਮਨੀ ਟਰਾਂਸਫਰ ਹੋ ਜਾਂਦੀ ਹੈ ਅਸੀਂ ਆਨਲਾਈਨ ਹੀ ਆਪਣੇ ਪੈਸੇ ਟਰਾਂਸਫਰ ਕਰ ਸਕਦੇ ਹਾਂ ਜੇ ਅਸੀਂ ਕੋਈ ਚੀਜ਼ ਲੈਣੀ ਹੈ ਜੇ ਅਸੀਂ ਕਿਸੇ ਨੂੰ ਪੇਮੈਂਟ ਕਰਨੀ ਹੈ ਆਪਣੇ ਘਰਦਿਆਂ ਦੀ ਮਦਦ ਕਰਨੀ ਹੈ ਅਸੀਂ ਬੈਂਕ ਟਰਾਂਸਫਰ ਕਰ ਸਕਦੇ ਹਾਂ ਜੋ ਕਿ ਪ੍ਰੂਫ ਦੇ ਨਾਲ ਹੁੰਦੀ ਹੈ ਲੀਗਲ ਹੁੰਦੀ ਹੈ ਪੰਜਵਾਂ ਫਾਇਦਾ ਮੇਰੇ ਵੀਰੋ ਇਹ ਹੈ ਕਿ ਅਸੀਂ ਇਸ ਵਿੱਚ ਚੰਗਾ ਇੰਟਰਸਟ ਲੈ ਸਕਦੇ ਹਾਂ ਸਾਡੇ ਬੜੇ ਵੀਰ ਸਾਡੀਆਂ ਬੜੀਆਂ ਭੈਣਾਂ ਬਾਹਰ ਵਿਆਜ ਦਾ ਕੰਮ ਕਰਦੇ ਨੇ ਸਾਨੂੰ ਪਤਾ ਹੈ ਕਿ ਇਸ ਵਿਆਜ ਦੇ ਕੰਮ ਵਿੱਚ ਰਿਸਕ ਫੈਕਟਰ ਬਹੁਤ ਹੁੰਦਾ ਹੈ ਲੇਕਿਨ ਜੇ ਤੁਸੀਂ ਚੰਗੀ ਇਨਵੈਸਟਮੈਂਟ ਬੈਂਕ ਦੇ ਵਿੱਚ ਕਰੋਗੇ ਉਹ ਤੁਹਾਨੂੰ ਵਧੀਆ ਇੰਟਰਸਟ ਰੇਟ ਆਫਰ ਕਰਨਗੇ 5 6% ਸੀਨੀਅਰ ਸਿਟੀਜ਼ਨਸ ਨੂੰ 7 8% ਵੀ ਹੁੰਦਾ ਹੈ ਤੇ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਤੁਸੀਂ ਬੈਂਕਾਂ ਵਿੱਚ ਹੀ ਪੈਸਾ ਰੱਖੋ ਤਾਂ ਜੋ ਤੁਹਾਨੂੰ ਚੰਗਾ ਇੰਟਰਸਟ ਮਿਲੇ ਔਰ ਤੁਹਾਡਾ ਪੈਸਾ ਸੇਫ ਤੇ ਸਿਕਿਉਰ ਹੋਏ ਛੇਮਾ ਫਾਇਦਾ ਦੋਸਤੋ ਇਹ ਹੈ ਕਿ ਸਾਨੂੰ ਇਸ ਦੀ ਬੈਂਕ ਸਟੇਟਮੈਂਟ ਮਿਲਦੀ ਹੈ ਜਿਸ ਬੈਂਕ ਸਟੇਟਮੈਂਟ ਨਾਲ ਅਸੀਂ ਜੇ ਬਾਹਰ ਕੋਈ ਵੀਜ਼ਾ ਅਪਲਾਈ ਕਰਨਾ ਹੋਵੇ ਤੇ ਸਾਨੂੰ ਬਹੁਤੀ ਮਿਹਨਤ ਜਾਂ ਮੁਸ਼ਕਲਤ ਨਹੀਂ ਕਰਨੀ ਪਵੇਗੀ ਜੇ ਤੁਹਾਡੀ ਬੈਂਕ ਸਟੇਟਮੈਂਟ ਚੰਗੀ ਹੈ ਚਾਹੇ ਤੁਸੀਂ ਲੋਨ ਲੈਣਾ ਹੈ ਚਾਹੇ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਚਾਹੇ ਤੁਸੀਂ ਕੋਈ ਵੀ ਹੋਰ ਚੀਜ਼ ਕਰਨੀ ਹੈ ਜੋ ਕਿ ਪੈਸੇ ਦੇ ਨਾਲ ਸੰਬੰਧਿਤ ਹੈ ਤੁਹਾਡਾ ਬੈਂਕ ਰਿਕਾਰਡ ਚੰਗਾ ਹੋਏਗਾ ਤੁਹਾਡੀ ਸਟੇਟਮੈਂਟ ਚੰਗੀ ਹੋਏਗੀ ਤੇ ਤੁਹਾਨੂੰ ਉਸ ਦੇ ਫਾਇਦੇ ਮਿਲਣਗੇ ਤੇ ਤੁਹਾਡੇ ਸਾਹ ਇਸ ਤੋਂ ਬਾਅਦ ਸਤਵਾਂ ਫਾਇਦਾ ਇਹ ਹੈ ਕਿ ਅਸੀਂ ਆਪਣਾ ਨੋਮਿਨੀ ਕੋਈ ਨਾ ਕੋਈ ਬਣਾ ਸਕਦੇ ਹਾਂ ਇਸ ਵਿੱਚ ਦੋਸਤੋ ਫਾਇਦਾ ਇਹ ਹੁੰਦਾ ਹੈ ਕਿ ਸਾਨੂੰ ਲਿਕੁਇਡ ਮਨੀ ਕੈਸ਼ ਮਨੀ ਨਹੀਂ ਦੇਣੀ ਪਵੇਗੀ ਜੇ ਅਸੀਂ ਆਪਣਾ ਨੋਮਿਨੀ ਰੱਖਿਆ ਹੋਏਗਾ ਕੋਈ ਬਣਾਇਆ ਹੋਏਗਾ ਅਸੀਂ ਉਸ ਨੂੰ ਆਪਣਾ ਬੈਂਕ ATM ਦੇ ਸਕਦੇ ਆ ਅਸੀਂ ਉਸ ਨੂੰ ਬੈਂਕ ਚੋਂ ਪੈਸੇ ਲੈਣ ਦੀ ਚੈੱਕ ਦੇ ਨਾਲ ਅਥਾਰਟੀ ਦੇ ਸਕਦੇ ਆ ਇਸ ਨਾਲ ਕੀ ਹੁੰਦਾ ਹੈ ਕਿ ਪਾਵਰ ਤੁਹਾਡੇ ਕੋਲ ਰਹਿੰਦੀ ਹੈ ਤੇ ਤੁਹਾਡਾ ਨੋਮਿਨੀ ਜਦੋਂ ਉਸ ਨੂੰ ਲੋੜ ਹੋਵੇ ਜਦੋਂ ਤੁਸੀਂ ਉਸ ਨੂੰ ਪੈਸੇ ਦੇਣੇ ਚਾਹੋ ਦੇ ਸਕਦੇ ਹੋ ਮੇਰੇ ਵੀਰੋ ਅੱਜ ਕੱਲ ਤੁਸੀਂ ਪੈਸਾ ਕਿਤੇ ਵੀ ਟਰਾਂਸਫਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਬੈਂਕ ਅਕਾਊਂਟ ਹੈ ਔਰ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਐਨ ਆਰ ਆਈ ਹੀ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਕੋਲ ਸੇਵਿੰਗਸ ਅਕਾਊਂਟ ਹੀ ਹੋਣਾ ਚਾਹੀਦਾ ਹੈ ਤੁਸੀਂ ਬੈਂਕ ਅਕਾਊਂਟ ਜੇ ਖੁਲਵਾਇਆ ਹੋਇਆ ਹੈ ਤੁਸੀਂ ਆਪਣੇ ਪੈਸੇ ਟਰਾਂਸਫਰ ਕਰ ਸਕਦੇ ਹੋ ਬਹੁਤ ਹੀ ਈਜ਼ੀਲੀ ਮੇਰੇ ਵੀਰ ਜਦੋਂ ਪੇਪਰ ਮਿਲ ਜਾਂਦੇ ਨੇ ਇੰਡੀਆ ਜਾਂਦੇ ਨੇ ਆਪਣਾ ਸਾਰਾ ਟਾਈਮ ਇੱਧਰ ਉੱਧਰ ਵਿਅਸਤਤਾ ਦੇ ਵਿੱਚ ਖਰਾਬ ਕਰ ਦਿੰਦੇ ਨੇ ਇਸ ਟਾਈਮ ਦੇ ਵਿੱਚੋਂ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਬੈਂਕ ਅਕਾਊਂਟ ਜ਼ਰੂਰ ਖੁਲਵਾਇਆ ਕਰੋ ਤਾਂ ਜੋ ਜੇ ਤੁਸੀਂ ਫਿਊਚਰ ਵਿੱਚ ਕੋਈ ਪਲੈਨਿੰਗ ਕਰਦੇ ਹੋ ਬਾਹਰਲੇ ਮੁਲਕਾਂ ਵਿੱਚ ਤੁਸੀਂ ਪੈਸਾ ਆਪਣਾ ਲੀਗਲ ਤੌਰ ਤੇ ਟਰਾਂਸਫਰ ਕਰ ਸਕਦੇ ਹੋ ਬੈਂਕ ਅਕਾਊਂਟ ਹੋਣ ਦੇ ਨਾਲ ਦੋਸਤੋ ਤੁਹਾਡੇ ਕੋਲ 10 15 ਸਾਲ ਬਾਅਦ ਛੋਟੇ-ਛੋਟੇ ਸੇਵਿੰਗਸ ਦੇ ਨਾਲ ਪੈਸਾ ਜੁੜ ਜਾਂਦਾ ਹੈ ਦੋਸਤੋ ਮੇਰੀ ਤੁਹਾਡੇ ਅੱਗੇ ਰਿਕੁਐਸਟ ਇਹੀ ਹੈ ਤੁਸੀਂ ਸਰਚ ਆਊਟ ਕਰੋ ਇੰਟਰਨੈਟ ਤੇ ਦੇਖੋ ਬੈਂਕਾਂ ਵਿੱਚ ਜਾਓ ਉੱਥੇ ਜਾ ਕੇ ਪ੍ਰੋਪਰ ਇਨਫੋਰਮੇਸ਼ਨ ਲਓ ਕਿਉਂਕਿ ਬੈਂਕਾਂ ਵਿੱਚ ਅੱਜ ਕੱਲ ਬਹੁਤ ਸਾਰੇ ਪਲਾਨ ਚੱਲਦੇ ਨੇ ਬਹੁਤ ਸਾਰੀਆਂ ਸਕੀਮਾਂ ਚੱਲਦੀਆਂ ਨੇ ਜੋ ਕਿ ਤੁਹਾਡੇ ਲਈ ਕਾਫੀ ਲਾਭਦਾਇਕ ਹੋ ਸਕਦੀਆਂ ਨੇ ਇਸ ਕਰਕੇ ਤੁਸੀਂ ਆਪਣਾ ਸਮਾਂ ਕੱਢ ਕੇ ਬੈਂਕ ਅਕਾਊਂਟ ਜ਼ਰੂਰ ਖੁਲਵਾਓ ਦੋਸਤੋ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਵੈਰੀ ਮੱਚ